ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਭ ਦਾ ਤੁਹਾਡੇ ਆਪਣੇ YouTube ਚੈਨਲ Let's Learn With Harpreet ਸੋ ਅੱਜ ਦਾ ਸਾਡਾ ਟੌਪਿਕ ਹੈ ਟਾਈਪਸ ਆਫ ਸਕੁਅਰ ਮੈਟ੍ਰਿਕਸ ਦਾ ਹੀ ਟੌਪਿਕ ਸਟਾਰਟ ਕੀਤਾ ਹੋਇਆ ਹੈ ਉਹਦੀ ਅਸੀਂ ਨੈਕਸਟ ਟਾਈਪ ਕਰਾਂਗੇ ਇਨਵੋਲੈਂਟਰੀ ਮੈਟ੍ਰਿਕਸ ਜਿੰਨੀਆਂ ਟਾਈਪਸ ਅਸੀਂ ਪਹਿਲਾਂ ਕਰ ਚੁੱਕੀਆਂ ਉਹਨਾਂ ਦਾ ਡਿਸਕ੍ਰਿਪਸ਼ਨ ਬਾਕਸ ਵਿੱਚ ਤੁਹਾਨੂੰ ਲਿੰਕ ਮਿਲ ਜਾਏਗਾ ਸੋ ਤੁਸੀਂ ਉਹਨਾਂ ਨੂੰ ਜ਼ਰੂਰ ਦੇਖਣਾ ਚਲੋ ਸਟਾਰਟ ਕਰਦੇ ਹਾਂ ਇਨਵੋਲੈਂਟਰੀ ਮੈਟ੍ਰਿਕਸ ਕੀ ਹੁੰਦੀ ਹੈ ਇਨਵੋਲੈਂਟਰੀ ਮੈਟ੍ਰਿਕਸ matrix a matrix a is said to be anvolentry if a square is equal to i koi bhi matrix nu asi involentry odon kamange jadon oh matrix nu asi do wari multiply kariye te hamesha answer sade ko ki aaye identity matrix theek hai bacche tusi comparison karke yaad rakheya karo piche asi kita siga kyuki comparison nal ki hai ki jaldi sanu koi bhi cheez jedi ho ਉਹ ਯਾਦ ਕਰਨ ਵਿੱਚ ਆਸਾਨੀ ਹੁੰਦੀ ਆ ਪਿੱਛੇ ਅਸੀਂ ਕੀਤੀ ਸੀਗੀ ਅ ਟੈਂਪੋਰਟੈਂਟ ਮੈਟ੍ਰਿਕਸ ਅ ਟੈਂਪੋਰਟੈਂਟ ਮੈਟ੍ਰਿਕਸ ਕੀ ਕਹਿੰਦੀ ਸੀਗੀ ਕੀ ਕੋਈ ਵੀ ਇੱਕ ਮੈਟ੍ਰਿਕਸ ਆ ਉਹ ਇੰਪੋਰਟੈਂਟ ਕਦੋਂ ਹੋਏਗੀ ਉਹ ਮੈਟ੍ਰਿਕਸ ਨੂੰ ਦੋ ਵਾਰੀ ਮਲਟੀਪਲਾਈ ਅਪਲਾਈ ਕਰ ਦੋ ਤੇ ਉਹ ਮੈਟ੍ਰਿਕਸ ਸੇਮ ਉਹੀ ਰਿਜ਼ਲਟ ਦੇ ਯਾਨੀ ਕਿ ਦੋ ਵਾਰੀ ਮਲਟੀਪਲਾਈ ਕਰਨ ਤੇ ਸੇਮ ਉਹੀ ਮੈਟ੍ਰਿਕਸ ਆਏ ਠੀਕ ਹੈ ਬਟ ਇਨਵਾਲੈਂਟਰੀ ਮੈਟ੍ਰਿਕਸ ਕੀ ਕਹਿੰਦੀ ਹੈ ਕਿ ਕੋਈ ਵੀ ਇੱਕ ਮੈਟ੍ਰਿਕਸ ਆ ਉਹ ਇਨਵਾਲੈਂਟਰੀ ਕਦੋਂ ਹੋਏਗੀ ਜਦੋਂ ਉਹਨੂੰ ਦੋ ਵਾਰੀ ਮਲਟੀਪਲਾਈ ਕਰੋ ਯਾਨੀ ਕਿ a ਸਕੁਅਰ ਕਰੋ ਤੇ ਹਮੇਸ਼ਾ ਕੀ ਆਏ ਆਇਡੈਂਟੀਟੀ ਮੈਟ੍ਰਿਕਸ ਆਏ ਥੈਨ ਉਹ a ਜਿਹੜੀ ਕੀ ਹੋਊਗੀ ਸਾਡੀ ਇਨਵੋਲੰਟਰੀ ਮੈਟ੍ਰਿਕਸ ਹੋਊਗੀ ਫਰਕ ਇਹੀ ਆ ਉਹਦੇ ਵਿੱਚ ਸੇਮ ਉਹੀ ਮੈਟ੍ਰਿਕਸ ਦੇ ਦਿੰਦਾ ਇਹਦੇ ਵਿੱਚ ਹਮੇਸ਼ਾ ਕੀ ਦਿੰਦਾ ਆਇਡੈਂਟੀਟੀ ਮੈਟ੍ਰਿਕਸ ਦਿੰਦਾ ਠੀਕ ਆ ਆਇਡੈਂਟੀਟੀ ਕਿਹੜੀ ਮੈਟ੍ਰਿਕਸ ਹੋਊਗੀ ਜੋ ਤੁਸੀਂ ਮੈਟ੍ਰਿਕਸ ਮਲਟੀਪਲਾਈ ਕਰ ਰਹੇ ਜੇ ਇਸ ਆਰਡਰ ਦੀ ਤੁਸੀਂ ਕਰ ਰਹੇ ਅਗਰ 3/3 ਦੀ ਹੈ ਇਧਰ 3/3 ਦੀ ਹੈ ਤੇ ਇਧਰ ਵੀ 3/3 ਦੀ ਹੀ ਹੋਊਗੀ ਉਸੇ ਤਰ੍ਹਾਂ ਮੈਂ ਐਗਜ਼ਾਮਪਲ ਲੈ ਲਿਆ ਐ ਐਗਜ਼ਾਮਪਲ ਲੈ ਕੇ ਦੋਨਾਂ ਨੂੰ ਮਲਟੀਪਲਾਈ ਕੀਤਾ ਤੇ ਮਲਟੀਪਲਾਈ ਕਰਨਾ ਤੁਹਾਨੂੰ ਪਿੱਛੇ ਵੀ ਅਸੀਂ ਬਹੁਤ ਵਾਰ ਦੱਸ ਚੁੱਕੇ ਹਾਂ ਤੁਸੀਂ ਅਗਰ ਨਹੀਂ ਪਤਾ ਤਾਂ ਪਿਛਲੀਆਂ ਵੀਡੀਓਜ਼ ਨੂੰ ਦੇਖੋ ਠੀਕ ਹੈ ਮਲਟੀਪਲਾਈ ਕੀਤਾ ਤੇ ਸਾਡੇ ਕੋਲ ਕੀ ਆ ਗਈ ਆਇਡੈਂਟੀਟੀ ਮੈਟ੍ਰਿਕਸ ਤੇ ਯੂਨਿਟ ਮੈਟ੍ਰਿਕਸ ਯੂਨਿਟ ਮੈਟ੍ਰਿਕਸ ਹਮੇਸ਼ਾ ਇਨਵੋਲੰਟਰੀ ਮੈਟ੍ਰਿਕਸ ਹੁੰਦੀ ਆ ਪਿੱਛੇ ਅਸੀਂ ਕੀਤਾ ਸੀ ਯੂਨਿਟ ਮੈਟ੍ਰਿਕਸ ਅ ਡੈਂਪੋਟੈਂ ਇਕਵਲੀ ਆ ਰਿਹਾ ਕਿ ਕਿ ਉਹ ਮੈਟ੍ਰਿਕਸ ਆਈ ਚੁੱਕੀ ਆ ਅਸੀਂ ਆਇਡੈਂਟੀਟੀ ਮੈਟ੍ਰਿਕਸ ਹੀ ਚੁੱਕੀ ਆ ਤੇ ਉਹਨੂੰ ਦੋ ਵਾਰੀ ਮਲਟੀਪਲਾਈ ਕਰਤਾ ਤੇ ਸੇਮ ਸਾਡੇ ਕੋਲ ਆਇਡੈਂਟੀਟੀ ਮੈਟ੍ਰਿਕਸ ਹੀ ਆਈ ਹੈ ਤੇ ਜਦੋਂ ਸੇਮ ਮੈਟ੍ਰਿਕਸ ਨੂੰ ਸੇਮ ਮੈਟ੍ਰਿਕਸ ਨਾਲ ਮਲਟੀਪਲਾਈ ਕਰੋ ਤੇ ਸੇਮ ਹੀ ਰਿਜ਼ਲਟ ਉਹੀ ਮੈਟ੍ਰਿਕਸ ਦੇ ਦੇ ਤਾਂ ਉਹ ਕੀ ਹੁੰਦੇ ਸੀ ਆ ਡੈਂਪੋਟੈਂਟ ਮੈਟ੍ਰਿਕਸ ਤੇ ਇਸ ਵਿੱਚ ਅਸੀਂ ਕੀ ਕੀਤਾ ਇਨਵਾਲੈਂਟਰੀ ਇਨਵਾਲੈਂਟਰੀ ਕੀ ਕਹਿੰਦੀ ਹੈ ਕੋਈ ਵੀ ਮੈਟ੍ਰਿਕਸ ਚੁੱਕ ਲੋ ਦਾ ਸਕੁਅਰ ਕਰ ਲੋ ਆਇਡੈਂਟੀਟੀ ਆ ਜੇ ਉਹੀ ਮੈਟ੍ਰਿਕਸ ਹੀ ਕੀ ਚੁੱਕ ਲਈ ਆ ਆਇਡੈਂਟੀਟੀ ਮੈਟ੍ਰਿਕਸ ਆਇਡੈਂਟੀਟੀ ਮੈਟ੍ਰਿਕਸ ਦਾ ਸਕੁਅਰ ਕੀਤਾ ਤੇ ਸਾਡੇ ਕੋਲ ਨੋਨ ਵਲੰਟਰੀ ਵੀ ਹੁੰਦੀ ਹੈ ਤੇ ਐਡੈਂਪੋਟੈਂਟ ਵੀ ਹੁੰਦੀ ਹੈ ਇਹ ਰਿਜ਼ਲਟ ਯਾਦ ਰੱਖਿਓ ਕਿਉਂਕਿ ਐਮਸੀਕਿਊ ਇਸੇ ਫਾਰਮ ਦਾ ਹੀ ਤੁਹਾਨੂੰ ਆਣਾ ਰਿਜ਼ਲਟ ਫਾਰਮ ਦਾ ਹੀ ਆਣਾ ਠੀਕ ਹੈ ਨੈਕਸਟ ਹੈ ਸਾਡੀ ਨੀਲਪੋਟੈਂਟ ਮੈਟ੍ਰਿਕਸ ਨੀਲਪੋਟੈਂਟ ਮੈਟ੍ਰਿਕਸ ਕੀ ਹੁੰਦੀ ਹੈ ਕੋਈ ਵੀ ਇੱਕ ਸਕੁਅਰ ਮੈਟ੍ਰਿਕਸ A ਉਹਨੂੰ ਅਸੀਂ ਨੀਲਪੋਟੈਂਟ ਉਹਦੋਂ ਕਹਾਂਗੇ ਇਫ देयर एग्जिस्ट ਅ ਪੋਜ਼ਿਟਿਵ ਇੰਟੀਜਰ K ਸੱਚ ਥੈਟ A ਦੀ ਪਾਵਰ K ਇਕੁਅਲ ਟੂ 0 ਯਾਨੀ ਕਿ ਉਹਨੂੰ ਕਿੰਨੀ ਵਾਰ ਹੀ ਅਸੀਂ ਮਲਟੀਪਲਾਈ ਕਰੀਏ ਕੋਈ ਵੀ ਉਹ ম্যাਟ੍ਰਿਕਸ ਆ ਜਿਹਨੂੰ ਅਸੀਂ ਕੀ ਬਣਾਣਾ ਨੀਲਪੋਟੈਂਟ ম্যাਟ੍ਰਿਕਸ ਬਣਾਣਾ ਉਹਨੂੰ ਕਿੰਨੀ ਵਾਰੀ ਮਲਟੀਪਲਾਈ ਕਰੀਏ ਤੇ ਉਹ ਸਾਡੇ ਕੋਲ ਨਲ ম্যাਟ੍ਰਿਕਸ ਆ ਜਾਈ ਠੀਕ ਹੈ ਤੇ ਉਹ ম্যাਟ੍ਰਿਕਸ ਨੂੰ ਅਸੀਂ ਕੀ ਕਵਾਂਗੇ ਉਹ ਕੀ ਹੈ ਨੀਲਪੋਟੈਂਟ ম্যাਟ੍ਰਿਕਸ ਤੇ ਕੀ ਉਸ ম্যাਟ੍ਰਿਕਸ ਦਾ ਕੀ ਹੋਊਗਾ ਆਰਡਰ ਜਿੰਨੀ ਵਾਰੀ ਉਸ ম্যাਟ੍ਰਿਕਸ ਨੂੰ ਮਲਟੀਪਲਾਈ ਕੀਤਾ ਮੰਨ ਲਓ ਅਗਰ ਤੁਸੀਂ ਕਿਸੇ ম্যাਟ੍ਰਿਕਸ ਨੂੰ ਦੋ ਵਾਰੀ ਮਲਟੀਪਲਾਈ ਕਰਦੇ ਹੋ ਤੇ ਉਹ ਤੁਹਾਡੇ ਕੋ ਕੀ ਆ ਜਾਂਦੀ ਹੈ ਫੋਰ ਐਗਜ਼ਾਮਪਲ ਇਹ ਹੀ ਐਗਜ਼ਾਮਪਲ ਦਿੱਤੀ ਹੋਈ ਹੈ ਮੈਂ ਤੁਹਾਨੂੰ ਇੱਕ ম্যাਟ੍ਰਿਕਸ ਮੈਂ ਲਈ ਆ ਠੀਕ ਹੈ ਮਲਟੀਪਲਾਈ ਕਰਨਾ ਤੁਹਾਨੂੰ ਆਈ ਥ ਉਹ ম্যাট্রিক্স 2x2 ਦੀ ਚੁੱਕੀ ਸੀ ਇਹ ਅਸੀ ম্যাট্রਿਕਸ ਤੇ ਜਿਹੜੀ ਨਲ ম্যাট্রਿਕਸ ਜਾਂ ਜ਼ੀਰੋ ম্যাট্রਿਕਸ ਆ ਗਈ ਹੈ ਸਾਡੇ ਕੋਲ ਵੀ ਕੀ ਆ ਗਈ 2x2 ਦੀ ਇਹਦਾ ਮਤਲਬ ਇਹ ম্যাট্রਿਕਸ ਨੂੰ ਅਸੀਂ ਕਿੰਨੀ ਵਾਰੀ ਮਲਟੀਪਲਾਈ ਕੀਤਾ ਸੀਗਾ ਦੋ ਵਾਰੀ ਮਲਟੀਪਲਾਈ ਕਰਨ ਤੇ ਸਾਡੇ ਕੋਲ ਕੀ ਆ ਗਈ ਜ਼ੀਰੋ ম্যাট্রਿਕਸ ਯਾਨੀ ਕਿ a ম্যাট্রਿਕਸ ਕੀ ਉਹ ਇੰਪੋਰਟੈਂਟ ম্যাট্রਿਕਸ ਤੇ ਕਿੰਨੀ ਵਾਰੀ ਮਲਟੀਪਲਾਈ ਕੀਤਾ ਉਹ ਉਹਦਾ ਆਰਡਰ ਜਾਂ ਉਹਨੂੰ ਕਹਦੇ ਉਹਦਾ ਕੀ ਹੁੰਦਾ ਇੰਡੈਕਸ ਹੁੰਦਾ ਤੇ ਦੇਖੋ ਇਹਦਾ ਆਰਡਰ ਦੋ ਹੀ ਆ 2x2 ਦੀ ਆ ਠੀਕ ਹੈ ਯਾਨੀ ਕਿ ਕਹ ਦੋਗੇ ਇਹਦਾ ਆਰਡਰ ਕੀ ਆ ਉਹ ਉਹਦਾ ਆਰਡਰ ਬਣ ਜਾਏਗਾ ਉਸ ম্যাট্রিক্স ਦਾ ਕੀ ਬਣ ਜਾਏਗਾ ਆਰਡਰ ਜਾਂ ਇੰਡੈਕਸ ਆਫ दैट ম্যাট্রিক্স ਕਲੀਅਰ ਆ ਆਈ ਥਿੰਕ ਤੁਹਾਨੂੰ ਇਹ ਸਿੰਪਲ ਜਿਹਾ கான்ਸੈਪਟ ਸੀਗਾ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ ਥੈਂਕਸ ਫॉर ਵਾਚਿੰਗ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ आवर ਚੈਨਲ